ਸ਼ਹਾਦਤ ਤੋਂ 350 ਬਾਅਦ ਸਾਲ ਬਾਅਦ ਇਹ ਜਿਹੜਾ ਤਿਉਹਾਰ ਜਿਹੜਾ ਉਹ ਮਨਾਇਆ ਜਾਣ ਲੱਗਾ। ਸੋ ਧਰਮ ਦਾ ਰੰਗ ਇੰਨਾ ਗੂੜਾ ਚੜ੍ਹ ਗਿਆ ਕਿ ਉਸ ਨੇ ਸਾਰੇ ਪੁਰਾਣੇ ਰੰਗ ਲੁਕੋ ਲਏ। ਸੋ ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕ੍ਰਾਈਸਟ ਦੇ ਜਨਮ ਤਰੀਕ ਦੀ 25 ਦਸੰਬਰ ਦੇ ਲਈ ਚੁਣੀ ਗਈ ਤਾਂ ਕਿ ਉਹ ਨਵੇਂ ਬਣੇ ਕ੍ਰਿਸਚਨ ਨੂੰ ਪੈਜਨਸ ਮੇਲੇ ਦਾ ਬਦਲ ਦੇ ਸਕਣ। ਉਹ ਮੌਸਮੀ ਮੇਲਾ ਅੱਜ ਸਿਰਫ ਕ੍ਰਿਸਚਨ ਮੇਲਾ ਬਣ ਕੇ ਰਹਿ ਗਿਆ ਹੈ। ਸੋ ਹੁਣ ਜਿਹੜੇ ਕ੍ਰਿਸਮਸ ਦੇ ਰੰਗ ਨੇ ਉਹ ਬਦਲਦੇ ਜਾ ਰਹੇ ਨੇ। ਸੋ ਕ੍ਰਾਈਸਟ ਸਾਦਗੀ ਪਸੰਦ ਸੀ, ਜ਼ਿਆਦਾਤਰ ਉਹਦੇ ਪੈਰੋਕਾਰ ਆਰਥਿਕ ਪੱਖੋਂ ਕਮਜ਼ੋਰ ਸਨ। 25 ਦਸੰਬਰ ਨੂੰ ਉਹ ਕ੍ਰਾਈਸਟ ਦੇ ਜਨਮਦਿਨ 'ਤੇ ਚਰਚ ਦੇ ਵਿੱਚ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ। ਸਮਾਂ ਕਦੇ ਖਲੋਤਾ ਨਹੀਂ ਅਤੇ ਨਾ ਹੀ ਰਸਮ ਰਿਵਾਜ਼। ਸੋ ਇਹ ਵੀ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਨੇ। ਯਰੂਸ਼ਲਮ ਦੇ ਚੁਗਿਰਦੇ 'ਚੋਂ ਨਿਕਲ ਕੇ ਕ੍ਰਿਸਚੈਨਿਟੀ ਜਦ ਦੂਰ ਯੂਰਪ ਅਤੇ ਅਫਰੀਕਾ ਤੱਕ ਫੈਲੀ ਤਾਂ ਉਹਨਾਂ ਦੇ ਰਸਮੋ ਰਿਵਾਜ਼ ਦਾ ਪਰਛਾਵਾਂ ਵੀ ਇਸ ਕ੍ਰਿਸਮਸ 'ਤੇ ਪੈਣ ਲੱਗਾ। ਸੋ ਅੱਜ ਘਰਾਂ ਦੇ ਵਿੱਚ ਕ੍ਰਿਸਮਸ ਸੀਜ਼ਨ ਦੀ ਸ਼ੁਰੂਆਤ ਕ੍ਰਿਸਮਸ ਟ੍ਰੀ ਨਾਲ ਹੁੰਦੀ ਹੈ। ਵੱਖੋ ਵੱਖਰੇ ਢੰਗਾਂ ਦੇ ਨਾਲ ਸ਼ਿੰਗਾਰ ਕੇ ਕ੍ਰਿਸਮਸ ਟ੍ਰੀ ਦੇ ਬਿਲਕੁਲ ਸਿਖਰ 'ਤੇ ਇੱਕ ਤਾਰਾ ਟੰਗਿਆ ਜਾਂਦਾ। ਸਭ ਤੋਂ ਪਹਿਲਾਂ ਜਰਮਨ ਵਾਲਿਆਂ ਨੇ ਕੋਈ 16ਵੀਂ ਸਦੀ ਵਿੱਚ ਘਰਾਂ ਵਿੱਚ ਸ਼ਿੰਗਾਰਿਆ ਹੋਇਆ ਕ੍ਰਿਸਮਸ ਟ੍ਰੀ ਰੱਖ ਕੇ ਕ੍ਰਿਸਮਸ ਮਨਾਈ ਸੀ। ਉਸ ਦੇ ਹਾਰ ਸ਼ਿੰਗਾਰ ਦੇ ਲਈ ਸੇਬ, ਨਾਸਪਾਤੀਆਂ ਅਤੇ ਹੋਰ ਫਲ ਵਗੈਰਾ ਦੀ ਵਰਤੋਂ ਕੀਤੀ ਗਈ ਸੀ। ਸੋ ਬਾਅਦ ਦੇ ਵਿੱਚ ਹੋਰ ਕਈ ਕਿਸਮ ਦਾ ਚਮਕਦਾ ਦਮਕਦਾ ਹਾਰ ਸ਼ਿੰਗਾਰ ਬਾਜ਼ਾਰਾਂ ਦੇ ਵਿੱਚ ਆ ਗਿਆ। ਸੋ ਕਹਿੰਦੇ ਨੇ ਕਿ ਲੂਥਰ ਨਾਮ ਦਾ ਇੱਕ ਪ੍ਰੋਟੈਸਟੈਂਟ ਜਰਮਨ ਪਾਦਰੀ ਨੂੰ ਇੱਕ ਰਾਤ ਇੱਕ ਸਦਾਬਹਾਰ ਰਹਿਣ ਵਾਲੇ ਬੂਟੇ ਦੀਆਂ ਪੱਤੀਆਂ ਦੀ ਟਿਮਟਮਾਉਂਦੇ ਅਸਮਾਨੀ ਤਾਰੇ ਬੇਹੱਦ ਪਸੰਦ ਆ ਗਏ ਤਾਂ ਘਰ ਆ ਕੇ ਉਸਨੇ ਤਾਰਾਂ ਦੇ ਨਾਲ ਕ੍ਰਿਸਮਸ ਟ੍ਰੀ ਦਾ ਟਾਹਣਿਆਂ ਦੇ ਵਿੱਚ ਜਲਦੀ ਜਲਦੀ ਮੋਮਬੱਤੀਆਂ ਬੰਨ੍ਹੀਆਂ। ਫਿਰ ਬਿਜਲੀ ਦੇ ਰੰਗ ਬਿਰੰਗੇ ਬਲਬ ਸ਼ਿੰਗਾਰ ਕੇ ਇਹ ਜ਼ਰੂਰੀ ਹਿੱਸਾ ਬਣਾ ਦਿੱਤਾ ਗਿਆ। ਸੋ ਉਹਦੀ ਭੇਡ ਚਾਲ ਅੱਗੋਂ ਅੱਗੋਂ ਚੱਲਦੀ ਰਹੀ। ਸੋ 1846 ਦੇ ਕ੍ਰਿਸਮਸ ਸੀਜ਼ਨ ਦੌਰਾਨ ਜਦ ਬ੍ਰਿਟਿਸ਼ ਲੋਕਾਂ ਨੇ ਆਪਣੀ ਹਰਦਲ ਅਜ਼ੀਜ਼ ਮਲਿਕਾ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਨੂੰ ਆਪਣੇ ਬੱਚਿਆਂ ਸਮੇਤ ਸ਼ਿੰਗਾਰੇ ਹੋਏ ਕ੍ਰਿਸਮਸ ਟ੍ਰੀ ਪਾਸ ਲੰਡਨ ਨਿਊਜ਼ ਵਿੱਚ ਛਪੀ ਇੱਕ ਤਸਵੀਰ ਵੀ ਉਹ ਦੇਖੀ ਜਾ ਸਕਦੀ ਹੈ ਕਿ ਸਾਰੇ ਇੰਗਲੈਂਡ ਦੇ ਵਿੱਚ ਕ੍ਰਿਸਮਸ ਟ੍ਰੀ ਜਿਹੜਾ ਸੀ ਉਹ ਕ੍ਰਿਸਮਸ ਦਾ ਇੱਕ ਜ਼ਰੂਰੀ ਅੰਗ ਬਣ ਗਿਆ। ਸੋ ਜਰਮਨ ਪਿਛੋਕੜ ਵਾਲੇ ਅਮਰੀਕਨ ਵਾਸੀਆਂ ਨੇ ਅਮਰੀਕਾ ਦੀ ਧਰਤੀ 'ਤੇ ਕੋਈ 1747 ਦੇ ਵਿੱਚ ਹੀ ਕ੍ਰਿਸਮਸ ਟ੍ਰੀ ਨੂੰ ਕ੍ਰਿਸਮਸ ਦਾ ਅੰਗ ਬਣਾ ਲਿਆ ਸੀ, ਪਰ ਨਿਊ ਇੰਗਲੈਂਡ ਸਟੇਟ ਦੇ ਪਿਊਰੀਟਨ ਕ੍ਰਿਸਚੀਅਨ ਜਿਹੜੇ ਕਿ ਕੈਥੋਲਿਕ, ਪ੍ਰੋਟੈਸਟੈਂਟ, ਪਿਊਰੀਟਨ, ਲੂਥਰ, ਕ੍ਰਿਸਚੈਨਿਟੀ ਦੇ ਵੱਖ ਵੱਖ ਜਿਹੜੇ ਫਿਰਕੇ ਹਨ, ਸੋ ਕ੍ਰਿਸਮਸ ਟ੍ਰੀ ਅਤੇ ਗਲੀਆਂ ਵਿੱਚ ਗੀਤ ਗਾਉਣਾ ਅਤੇ ਹੋਰ ਸਾਰੇ ਧੂਮ ਧੜੱਕੇ ਅਤੇ ਪੇਜਨ ਧਰਮ ਦਾ ਹਿੱਸਾ ਸਮਝਦੇ ਸਨ। ਸੋ ਇਹ ਸਭ ਰਸਮਾਂ ਕ੍ਰਾਈਸਟ ਤੋਂ ਪਹਿਲਾਂ ਜਰਮਨ ਵਾਲੇ ਸਰਦ ਰੁੱਤ ਜਦੋਂ ਕਿ ਪਾਸੇ ਲੋਕਾਂ ਦਾ ਸੋਕਾ ਆਸ ਪਾਸੇ ਨਜ਼ਰ ਆਉਂਦਾ ਸੀ, ਸੋ ਉਦੋਂ ਵੀ ਮਨਾਉਂਦੇ ਸਨ। ਦਾਨਵਾਂ ਤੋਂ ਆਪਣੇ ਘਰ ਨੂੰ ਬਚਾਉਣ ਦੇ ਲਈ ਆਪਣੇ ਘਰਾਂ ਦੇ ਅੰਦਰ ਸਦਾ ਬਹਾਰ ਦੀਆਂ ਟਾਹਣਾਂ ਟੰਗਦੇ ਸਨ। ਸੋ ਇਸੇ ਤਰ੍ਹਾਂ ਕੁਝ ਰਿਵਾਜ਼ ਜਿਹੜੇ ਸਨ ਉਹ ਹੋਰ ਇਹਦੇ ਵਿੱਚ ਆ ਰਲੇ। ਸੋ ਮਿਸਰ ਵਾਲਿਆਂ ਦੇ ਵਿੱਚ ਵੀ ਇਹ ਰਿਵਾਜ਼ ਜਿਹੜੇ ਸਨ ਉਹ ਪ੍ਰਚਲਿਤ ਸਨ। ਰੋਮ ਵਾਲੇ ਤਾਂ ਸਾਡੀ ਲੋਹੜੀ ਦੇ ਤਿਉਹਾਰ ਵਾਂਗ ਗਲੀਆਂ ਦੇ ਵਿੱਚ ਗਾਉਂਦੇ ਫਿਰਦੇ ਸਨ। ਸੋ ਨਿਊ ਇੰਗਲੈਂਡ ਸਟੇਟ ਦੇ ਗਵਰਨਰ ਨੇ ਇਹਨਾਂ ਨੂੰ ਪੈਜਨ ਰਿਵਾਜ਼ਾਂ 'ਤੇ ਪਾਬੰਦੀ ਵੀ ਲਾ ਦਿੱਤੀ ਸੀ। ਸੋ ਹੋਰ ਜਰਮਨ ਆਉਣ ਦੇ ਨਾਲ ਹੌਲੀ ਹੌਲੀ ਕੋਈ 19ਵੀਂ ਸਦੀ ਦੇ ਵਿੱਚ ਕ੍ਰਿਸਮਸ ਦੌਰਾਨ ਕ੍ਰਿਸਮਸ ਟ੍ਰੀ ਦੀ ਆਮ ਵਰਤੋਂ ਜਿਹੜੀ ਸੀ ਹੋਣ ਲੱਗੀ ਸੀ। ਸੋ ਅੱਜ ਅਮਰੀਕਾ ਦੇ ਵਿੱਚ ਇੱਕ ਧਰਮ ਨਿਰਪੱਖ ਦੇਸ਼ ਹੋਣ ਦੇ ਬਾਵਜੂਦ ਕ੍ਰਿਸਮਸ ਮੌਕੇ ਸਰਕਾਰੀ ਤੌਰ 'ਤੇ ਵਾਸ਼ਿੰਗਟਨ ਦੇ ਵਿੱਚ ਕੋਈ 80 ਫੁੱਟ ਉੱਚਾ ਕ੍ਰਿਸਮਸ ਟ੍ਰੀ ਲਾਉਣਾ ਅਤੇ ਅਮਰੀਕਾ ਦਾ
ਪ੍ਰਧਾਨ ਉਸ ਤੇ ਲੱਗੀਆਂ ਬੱਤੀਆਂ ਜਗਾਉਣ ਦੇ ਲਈ ਸਵਿੱਚ ਆਨ ਕਰਦਾ। ਸੋ ਕੈਨੇਡਾ ਦੇ ਵਿੱਚ ਵੀ ਇਹੋ ਜਿਹਾ ਕੁਝ ਹੀ ਹੁੰਦਾ। ਸੋ ਅੱਗੇ ਜਾ ਕੇ ਆਪਾਂ ਸੈਂਟਾ ਕਲੌਜ਼ ਜਿਹੜਾ ਸੀ ਉਹ ਕਿਵੇਂ ਕ੍ਰਿਸਮਸ ਦੇ ਨਾਲ ਜੁੜਿਆ ਇਹਦੀ ਵਿਚਾਰ ਕਰਾਂਗੇ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗ ਰਿਹਾ ਹੋਵੇਗਾ। ਸੋ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਕ੍ਰਿਸਮਸ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਨਾਲ ਦੀ ਨਾਲ ਆਪਾਂ ਮਨੋਰੰਜਨ ਵੀ ਤੁਹਾਡਾ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੱਕ ਜ਼ਰੂਰ ਮਾੜੀ ਖਬਰ ਪੰਜਾਬ ਤੋਂ ਇਹ ਆਈ ਆ, ਖਾਸ ਕਰਕੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਲਈ, ਕਿ ਦੋਨੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਿਆ, ਜਗਬੀਰ ਬਰਾੜ ਅਤੇ ਕਿੱਕੀ ਢਿੱਲੋਂ। ਸੋ ਕਿੱਕੀ ਢਿੱਲੋਂ ਹੋਰੀ ਇੱਥੇ ਪਹੁੰਚੇ ਵੀ ਸਨ। ਸੋ ਸਭ ਤੋਂ ਪਹਿਲੇ ਜਦੋਂ ਟੋਰਾਂਟੋ ਦੇ ਵਿੱਚ ਆਏ ਨੇ, ਸਭ ਤੋਂ ਪਹਿਲੀ ਇੰਟਰਵਿਊ ਮੈਂ ਖੁਦ ਕੀਤੀ ਸੀ, ਬੜੀਆਂ ਵੱਡੀਆਂ ਵੱਡੀਆਂ ਗੱਪਾਂ ਮਾਰੀਆਂ। ਅਕਾਲੀ ਦਲ ਬਾਦਲ ਨੂੰ ਰੱਜ ਕੇ ਕੋਸਿਆ, ਕਾਂਗਰਸ ਨੂੰ ਰੱਜ ਕੇ ਕੋਸਿਆ, ਅਤੇ ਅੱਜ ਸਭ ਤੋਂ ਪਹਿਲਾਂ ਉਹ ਦੂਜੇ ਪਾਸੇ ਨੂੰ ਗਏ ਨੇ। ਸੋ ਜਿਹੜੇ ਕਿ ਦੋਨੇ ਜਣੇ ਮਨਪ੍ਰੀਤ ਬਾਦਲ ਦਾ ਸਾਥ ਛੱਡ ਕੇ ਕਾਂਗਰਸ ਦੇ ਵਿੱਚ ਜਾ ਖੜੇ ਹੋਏ ਨੇ। ਸੋ ਜਦੋਂ ਇਹੋ ਜਿਹੇ ਲੀਡਰਾਂ ਦੇ ਜਿਹੜੇ ਕਿ ਓਪਰਚੁਨਿਸਟ ਨੇ, ਹਾਂਜੀ, ਸੋ ਜਦੋਂ ਉਹਨਾਂ ਦੀਆਂ ਗੱਲਾਂ ਕਈ ਵਾਰੀ ਬਹੁਤ ਦਿਲ ਦੇ ਵਿੱਚ ਚੀਜ਼ਾਂ ਹੁੰਦੀਆਂ ਜਿਹੜੀਆਂ ਕਹਿਣ ਨੂੰ ਦਿਲ ਕਰਦਾ, ਪਰ ਫਿਰ ਸੋਚੀਦਾ ਵੀ ਛੱਡੋ ਪਰਾਂ, ਵੀ ਇਹਨਾਂ ਦੀ ਔਕਾਤ ਜਿਹੜੀ ਹੈ ਜੀ, ਇੱਕ ਪੰਜਾਬੀ ਦੀ ਕਹਾਵਤ ਨਹੀਂ ਵੀ ਟਕੇ ਦੀ ਹਾਂਡੀ ਗਈ ਅਤੇ ਕੁੱਤੇ ਦੀ ਜਾਤ ਪਛਾਣੀ ਗਈ। ਸੋ ਆਪਾਂ ਖੈਰ ਇਹ ਸੀਗੀ ਇੱਕ ਖਬਰ, ਅਤੇ ਆਪਾਂ ਭਗਵੰਤ ਮਾਨ ਹੋਰੀ ਜਿਹੜੇ ਕਿ ਇਸ ਵੇਲੇ PPP ਦੇ ਬੜੇ ਸਰਕਾਰਦਾ ਆਗੂ ਵਜੋਂ ਉੱਭਰ ਰਹੇ ਨੇ, ਸੋ ਉਹਨਾਂ ਦਾ ਇੱਕ ਗੀਤ ਜਿਹੜਾ ਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਬਾਰੇ ਉਹਨਾਂ ਨੂੰ ਉਭਾਰਦਾ ਹੋਇਆ ਬੜਾ ਹੀ ਪਿਛਲੇ ਸਾਲਾਂ ਦੇ ਵਿੱਚ ਪਸੰਦ ਕੀਤਾ ਗਿਆ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਉਮੀਦ ਹੈ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ। ਭਗਵੰਤ ਮਾਨ ਉੱਠੋ ਭਾਈ ਸਾਧ ਸੰਗ ਜੀਓ, ਅੰਮ੍ਰਿਤ ਵੇਲਾ ਹੋ ਗਿਆ, ਬਾਣੀ ਪੜੋ, ਨਾਮ ਜਪੋ, ਗੁਰੂ ਵਾਲੇ ਬਣੋ। ਸਮਰਸੀ ਬਲਾਂ ਨੇ ਖਿੱਚਤਾ ਪਾਣੀ, ਫਸਲ ਬੀਜ ਲਈ ਧਰਤੀ ਖਾਣੀ, ਰੇਹਾਂ ਪਾਸ ਪਰੇਆਂ ਕਰਕੇ ਮੰਡੀਆਂ ਚਲਾਤੀਆਂ, ਢੇਰੀਆਂ ਓਏ ਅੱਜ ਕੱਲ ਦਿਸਦੀਆਂ ਨਹੀਂ। ਨਿਸ਼ਾਨ ਹੀ ਮਿਟ ਗਏ ਨੇ ਹੁਣ ਨਿੰਮ ਜੰਡ ਤੇ ਬੋੜਾਂ ਦੇ, 20-25 ਸਾਲ ਦੇ ਮੁੰਡਿਆਂ ਨੂੰ ਹੁਣ ਦਰਦ ਹੁੰਦੇ ਨੇ ਜੋੜਾਂ ਦੇ, ਪੈਦਲ ਤੁਰ ਕੇ ਚੜਦੀਆਂ ਖੱਲੀਆਂ ਮੁੱਲ ਵਿਕਦੇ ਨੇ ਗੰਨੇ ਛੱਲੀਆਂ, ਨਾ ਹੁਣ ਕਿਧਰੇ ਚਰੀ ਬਾਜਰੇ ਨਾ ਕਪਾਹਾਂ, ਖਿੜੀਆਂ ਉਡਾਰੀ ਮਾਰ ਗਈਆਂ, ਕੁੱਕੀਆਂ ਕਟਾਰਾਂ ਚਿੜੀਆਂ।
ਸ਼ਹਿਰਾਂ ਵਰਗੇ ਸਕੇ ਸੁਪੰਦੀ ਗੈਰਾਂ ਵਰਗੇ ਸਸਰੀ ਕਾਲਾਂ ਭੁੱਲ ਕੇ ਅਸੀਂ ਹੁਣ ਹਾਏ ਹੈਲੋ ਕਹੀਏ ਵਾ ਸਾਨੂੰ ਆਉਂਦੀ ਨਹੀਂ ਪੜ੍ਹਨ ਪੰਜਾਬੀ ਪਈਏ ਵਾ ਸਾਨੂੰ ਆਉਂਦੀ ਨਹੀਂ ਬੋਲਣ ਪੰਜਾਬੀ ਪਈਏ ਅਸੀਂ ਹੁਣ ਇੰਗਲਿਸ਼ ਤੇ ਉਜੜੇ ਘਰਾਂ ਦੀਆਂ ਹੁਣ ਮਾਨਾਂ ਲੰਮੀਆਂ ਲਿਸਟਾਂ ਨੇ ਬਚਿਆ ਖੁਚਿਆ ਸਿਆਸਤ ਖਾ ਗਈ ਠੱਗ ਚੋਰਾਂ ਕੋਲੇ ਤਾਕਤ ਆ ਗਈ ਫੁੱਲ ਉਗੇਂਦੀ ਧਰਤੀ ਤੇ ਕਿਤੇ ਉੱਗ ਪੈਣ ਨਾ ਥੋਰਾ ਓਏ ਵਤਨ ਪੰਜਾਬ ਦੀਆਂ ਡਾਡੇ ਦੇ ਹੱਥ ਡੋਰਾਂ ਓਏ ਸੋਹਣੇ ਪੰਜਾਬ ਦੀਆਂ ਰੱਬ ਦੇ ਹੱਥ ਵਿੱਚ ਡੋਰਾਂ ਵਤਨ ਪੰਜਾਬ ਦੀਆਂ ਰੱਬ ਦੇ ਹੱਥ ਵਿੱਚ ਡੋਰਾਂ ਓਏ ਦਾਤਾ ਮਿਹਰ ਕਰੇ ਕਿਸੇ ਨੂੰ ਸਪੌਂਸਰ ਕਰਦੇ ਨੇ ਰੌਣ ਚੱਠਾ ਹੋਮ ਲਾਈਫ ਸੁਪਰਸਟਾਰ 647-204 0215 ਮਸਲੇ ਜਿਵੇਂ ਡਿਵੋਰਸ ਕਸਟਡੀ ਅਤੇ ਪ੍ਰਾਪਰਟੀ ਦੀ ਵੰਡ ਬਹੁਤ ਹੀ ਤਣਾਅ ਪੂਰਵਕ ਹੋ ਸਕਦੀ ਹੈ ਅਗਰ ਤੁਸੀਂ ਫੈਮਿਲੀ ਲਾਅ ਵਿੱਚ ਇਨਵੋਲਵਡ ਹੋ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਵਸੀਅਤ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਇਮੀਗ੍ਰੇਸ਼ਨ ਦਾ ਮਸਲਾ ਹੈ ਤਾਂ ਪੈਮ ਪੰਗਲ ਆਫਰਸ ਐਫੀਸ਼ੀਐਂਟ ਐਂਡ ਐਕਸਪੀਰੀਅੰਸਡ ਸਰਵਿਸ ਟੂ ਕੀਪ ਯੂ ਆਊਟ ਆਫ ਕੋਰਟ ਤੁਹਾਡੇ ਸਾਰੇ ਫੈਮਿਲੀ ਲਾਅ ਦੇ ਮਾਮਲੇ ਵਸੀਅਤਨਾਮਾ ਔਰ ਇਮੀਗ੍ਰੇਸ਼ਨ ਦੇ ਇਸ਼ੂ ਲਈ ਮੈਨੂੰ ਫੋਨ ਕਰੋ ਪੈਮ ਪੰਗਲ 905-501-7300 GTA ਵਿੱਚ ਪੀਜ਼ਾ ਸਟੋਰ ਤਾਂ ਹੋਰ ਵੀ ਬਥੇਰੇ ਨੇ ਪਰ ਅੱਜ ਕੱਲ ਜਿਹਦੀ ਸਭ ਤੋਂ ਵੱਧ ਚਰਚਾ ਹੈ ਉਹ ਹੈ ਨਿਊ ਸਿਟੀ ਪੀਜ਼ਾ ਐਂਡ ਰੈਸਟੋਰੈਂਟ 7 ਲੋਕੇਸ਼ਨਸ ਟੂ ਸਰਵ ਯੂ ਹਾਈਵੇ 10 ਅਤੇ ਸਟੀਲ ਤੇ ਨਵੀਂ ਲੋਕੇਸ਼ਨ ਖੁੱਲ ਚੁੱਕੀ ਹੈ ਬਿਲਕੁਲ ਫਰੈਸ਼ ਸਬਜ਼ੀਆਂ ਵਰਤੀਆਂ ਜਾਂਦੀਆਂ ਹਨ ਪੀਜ਼ੇ ਤੋਂ ਇਲਾਵਾ ਚਿਕਨ ਵਿੰਗ ਤੇ ਫਿਸ਼ ਪਕੌੜਾ ਆਰਡਰ ਕਰੋ ਜਾਂ ਬੈਠ ਕੇ ਖਾਓ 905-450-8888 ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਿਰ ਕੋਈ ਵਪਾਰ ਖਰੀਦਣਾ ਚਾਹੁੰਦੇ ਹੋ ਤਾਂ ਪੜ੍ਹੇ ਲਿਖੇ ਰੀਅਲ ਸਟੇਟ ਏਜੰਟ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਅਸੀਂ ਤੁਹਾਡਾ ਸੁਪਨਿਆਂ ਦਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ ਪਰ ਜਦੋਂ ਇਸ ਦੇ ਵਿੱਚ ਹਾਦਸੇ ਹੁੰਦੇ ਨੇ ਤੇ ਇਹ ਦੁਸ਼ਵਾਰ ਹੋ ਜਾਂਦੀ ਹੈ ਸੋ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀ ਮੁਸ਼ਕਿਲ ਆ ਜਾਵੇ ਜਿਵੇਂ ਕਾਰ ਐਕਸੀਡੈਂਟ ਹੋ ਜਾਵੇ ਜਾਂ ਫਿਰ ਤਿਲਕ ਕੇ ਡਿੱਗ ਪਓ ਜਾਂ ਮਸਲਾ ਹੋਵੇ ਕ੍ਰਿਮੀਨਲ ਲਾਅ ਦਾ ਤੇ ਜਾਂ ਫਿਰ ਮਸਲਾ ਹੋਵੇ ਇਮੀਗ੍ਰੇਸ਼ਨ ਦਾ ਤੇ ਯਾਦ ਰੱਖੋ ਇੱਕੋ ਹੀ ਨਾਮ ਜੇਪੀ ਮਾਨ ਲਾਅ ਫਰਮ Bailey & Associates is a team of professional financial advisors that can help you with all your financial needs. With over 22 years of industry experience, they specialize in RESPs, life insurance, critical illness, health and disability insurance, mortgages, and real estate. The Bailey & Associates Financial Group, making a brighter future for you. Call us today for a free consultation, 905-678-2878, or visit us on the web at bafg.ca. ਸਤਿ ਸ਼੍ਰੀ ਅਕਾਲ ਮੈਂ ਹਾਂ ਜਿਮੀ ਸ਼ੇਰਗਿੱਲ
ਮਾਨ ਟਰੈਵਲਸ ਨੇ ਹੁਣ ਨਵੀਆਂ ਲੋਕੇਸ਼ਨਸ ਤੇ ਉਹਨਾਂ ਦੇ ਆਫਿਸ ਖੁੱਲ ਰਹੇ ਨੇ ਤੇ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਹੁਣ 6 ਲੋਕੇਸ਼ਨ ਤੋਂ ਤੁਹਾਡੀ ਸੇਵਾ ਕਰ ਰਿਹਾ ਮਾਨ ਟਰੈਵਲ ਐਂਡ ਟੂਰ। ਅਮਰਜੀਤ ਮਾਨ ਨੂੰ ਹੈੱਡ ਆਫਿਸ ਤੇ ਫੋਨ ਕਰੋ 905-595-1700। ਮਾਨ ਟਰੈਵਲ ਬਿਗ ਬਾਕਸਿੰਗ ਬਿਗ ਸੇਲਸ ਬਿਲਾ ਅਪਲਾਈਐਂਸਿਸ ਲਿਮਿਟਿਡ ਕੁਆਲਿਟੀ ਅਪਲਾਈਐਂਸਿਸ ਫॉर द ਲੋਵੈਸਟ ਪ੍ਰਾਈਸ। ਬਿਲਾ ਅਪਲਾਈਐਂਸਿਸ ਵੱਲੋਂ ਬ੍ਰਾਂਡ ਨੇਮ ਲੇਟੈਸਟ ਟੈਕਨੋਲੋਜੀ ਅਪਲਾਈਐਂਸਿਸ ਤੇ ਲਗਾਈ ਵੇਅਰਹਾਊਸ ਸੇਲ ਦੇ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ ਲੋਵੈਸਟ ਪ੍ਰਾਈਸ ਸੇਲ ਦਾ ਫਾਇਦਾ ਉਠਾਉਣ ਲਈ ਤੁਸੀਂ ਦੋਨਾਂ ਵਿੱਚੋਂ ਇੱਕ ਲੋਕੇਸ਼ਨ 404 ਸਟੀਲ ਦੇ ਨੇੜੇ ਮਾਰਕਮ ਜਾਂ ਟੋਰਾਂਟੋ ਵਿਖੇ ਅੱਜ ਹੀ ਪਹੁੰਚੋ। ਆਪਣੇ ਮਿਹਨਤ ਨਾਲ ਕਮਾਏ ਡਾਲਰਾਂ ਦੀ ਸੇਵਿੰਗ ਵਾਸਤੇ ਬਿਲਾ ਅਪਲਾਈਐਂਸਿਸ ਵੱਲੋਂ ਨਵੇਂ ਘਰਾਂ ਦੀ ਐਡਵਾਂਸ ਬੁਕਿੰਗ ਕਰਵਾਉਣ ਤੇ ਬਹੁਤ ਸਾਰਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ। ਫਾਰ ਵੀਕਲੀ ਫਲਾਇਰ ਵਿਜ਼ਿਟ ਬਿਲਾ ਅਪਲਾਈਐਂਸਿਸ.com। ਤੁਸੀਂ ਆਪਣੇ ਕਾਰਾਂ ਵੈਨਾਂ ਟਰੱਕਾਂ ਦਾ ਬੋਡੀ ਵਰਕ ਬੜੇ ਤਸੱਲੀਬਖਸ਼ ਤਰੀਕੇ ਨਾਲ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਐਕਸ਼ਨ ਆਟੋ ਕਲੀਜ਼ਨ ਤੇ ਲੈ ਕੇ ਜਾਓ। ਤੁਹਾਡੀ ਕਾਰ ਵੈਨ ਟਰੱਕ ਨੂੰ ਨਵਾਂ ਨਕੋਰ ਕਰ ਦਿੱਤਾ ਜਾਵੇਗਾ। 2662 ਡਿਊ ਰੋਡ ਕਿੰਬਲ ਅਤੇ ਡਿਊ ਦੇ ਬਿਲਕੁਲ ਕਾਰਨਰ ਤੇ 416-518-1919 ਐਕਸ਼ਨ ਆਟੋ। ਫਾਦਰ ਸਨ ਟੀਮ ਅੰਡਰ ਵਨ ਰੂਫ ਵਿਦ 20 ਇਅਰਸ ਆਫ ਐਕਸਪੀਰੀਅੰਸ ਹੈਂਡਲਿੰਗ ਆਲ ਲਾਅ ਰਿਲੇਟਡ ਮੈਟਰਸ WSIB ਕਲੇਮਸ ਕੈਨੇਡਾ ਡਿਸੇਬਿਲਿਟੀ ਪੈਨਸ਼ਨਸ ਰੀਅਲ ਏਸਟੇਟ ਕਲੋਜ਼ਿੰਗਸ criminal matters like drunk driving cases, bail hearings, assault cases. Johar Law Firm, the name you can trust. ਅੱਜ ਮੈਂ ਆਪਣੇ ਵਿਊਅਰਸ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗਾ। ਜਿਵੇਂ ਕਿ ਆਪਾਂ ਲਾਈਫ ਇੰਸ਼ੋਰੈਂਸ ਤਾਂ ਕਾਫੀ ਦੇਰ ਤੋਂ ਚੱਲੇ ਆ ਰਹੀ ਹੈ, ਬਹੁਤ ਲੋਕ ਕਰਵਾਉਂਦੇ ਨੇ, ਪਰ ਕ੍ਰਿਟੀਕਲ ਇਲਨੈਸ ਇੱਕ ਨਵੀਂ ਤਰ੍ਹਾਂ ਦਾ ਪ੍ਰੋਡਕਟ ਹੈ ਜਿਸ ਦੇ ਵਿੱਚ ਕਿ ਆਪਾਂ ਨੂੰ ਜਿਉਂਦੇ ਜੀ ਲੰਬਸਮ ਕੰਪਨੀ ਵੱਲੋਂ ਬੈਨੀਫਿਟ ਦਿੱਤਾ ਜਾਂਦਾ ਹੈ ਕਿ ਜੇ ਆਪਾਂ ਨੂੰ ਪਰਮਾਤਮਾ ਨਾ ਕਰੇ ਕੋਈ ਜਾਨਲੇਵਾ ਬਿਮਾਰੀ, ਹਾਰਟ ਅਟੈਕ, ਕੈਂਸਰ ਜਾਂ ਸਟ੍ਰੋਕ ਇੱਦਾਂ ਦੀ ਕੋਈ ਡਿਜ਼ੀਜ਼ ਲੱਗਦੀ ਹੈ ਤਾਂ ਆਪਾਂ ਨੂੰ ਜਿਉਂਦੇ ਜੀ ਕੰਪਨੀ ਵੱਲੋਂ ਬੈਨੀਫਿਟ ਦਿੱਤਾ ਜਾਏਗਾ। ਸਾਡੇ ਕੋਲ ਪਲਾਨ 25 ਬਿਮਾਰੀਆਂ ਤੱਕ ਕਵਰ ਕਰਨ ਵਾਲੇ ਪਲਾਨ ਹੈਗੇ ਨੇ। ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਖਾਸੀਅਤ ਹੈ, ਜੇ ਨਹੀਂ ਵੀ ਕੋਈ ਪ੍ਰੋਬਲਮ ਆਉਂਦੀ, ਜਿੰਨੇ ਤੁਸੀਂ ਪੈਸੇ ਦਿੰਦੇ ਹੋ 15 ਸਾਲ ਬਾਅਦ ਜਾਂ Age 65 ਤੇ ਸਾਰੇ ਦਾ ਸਾਰਾ ਤੁਹਾਡਾ ਪੈਸਾ, ਤੁਹਾਡਾ ਪ੍ਰੀਮੀਅਮ ਵਾਪਸ ਹੋ ਜਾਂਦਾ ਨੇ। ਅਤੇ ਅਲਬਰਟਾ ਦੇ ਜਿਸ ਵੀ ਸ਼ਹਿਰ 'ਚ ਪ੍ਰੋਗਰਾਮ ਦੇਖ ਰਹੇ ਹੋ, ਹਰਪਿੰਦਰ ਸਿੱਧੂ ਨੂੰ ਕਾਲ ਕਰੋ, ਤੁਹਾਨੂੰ ਥੋੜੇ ਪੈਸੇ 'ਚ ਵਧੀਆ ਇੰਸ਼ੋਰੈਂਸ ਲੈਣ 'ਚ ਤੁਹਾਡੀ ਹੈਲਪ ਕਰਨਗੇ। ਇੱਕ ਵਾਰੀ ਫਿਰ ਸਵਾਗਤ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸੈਂਟਾ ਕਲੌਜ਼ ਕ੍ਰਿਸਮਸ ਦੇ ਇਸ ਤਿਉਹਾਰ ਦੇ ਨਾਲ ਕਿਵੇਂ ਜੁੜਿਆ। ਸੋ ਕ੍ਰਿਸਮਸ ਦੇ ਵਿੱਚ ਸੈਂਟਾ ਕਲੌਜ਼ ਲਿਆਉਣ ਦਾ ਸੁਪਨਾ ਨਿਊਯਾਰਕ ਦੇ ਇੱਕ ਲੇਖਕ ਕਲਮੀਨਟ ਕਲਾਰਕ ਮੂਰ ਨੇ ਸੰਨ 1823 ਦੇ ਵਿੱਚ ਲਿਆ ਸੀ। ਸੋ ਕਾਰਟੂਨਸ ਥੋਮਸ ਨਾਸ ਨੇ ਉਸ ਦੀ ਰੂਪਰੇਖਾ ਉਲੀਕੀ। ਲਾਲ ਕੋਟ ਦੇ ਵਿੱਚ ਲਪੇਟਿਆ ਹੋਇਆ, ਢਿੱਲਾ ਜਿਹਾ, ਵੱਡੇ ਸਾਰੇ ਢਿੱਡ ਵਾਲਾ, ਢਿੱਲੀ ਜਿਹੀ ਲਾਲ ਪੈਂਟ, ਸਫੇਦ ਲੰਮੀ ਦਾੜ੍ਹੀ ਅਤੇ ਸਿਰ ਦੇ ਉੱਪਰ ਲਾਲ ਟੋਪੀ ਪਹਿਨ ਕੇ ਜਦੋਂ ਸੈਂਟਾ ਕਲੌਜ਼ ਸਾਹਮਣੇ ਆਇਆ ਤਾਂ ਇੱਕ ਜਿੱਦਾਂ ਪੰਜਾਬੀ ਦੇ ਵਿੱਚ ਆਪਾਂ ਚੀਜ਼ ਵੋਟੀ ਕਹਿੰਦੇ ਹੁੰਦੇ ਹਾਂ, ਜਿਹੜੀ ਕਿ ਬਰਸਾਤ ਦੇ ਰੁੱਤ ਦੇ ਵਿੱਚ ਇੱਕ ਮਖਮਲੀ ਸੁਰਖ ਰੰਗ ਦੀ ਭੂੰਡੀ ਜੀ ਹੁੰਦੀ ਸੀ। ਸੋ ਉਹਦੇ ਰੂਪ ਦੇ ਵਿੱਚ ਸਭਨਾਂ ਨੇ ਇਸ ਨੂੰ ਪਸੰਦ ਕੀਤਾ, ਖਾਸ ਕਰਕੇ ਬੱਚਿਆਂ ਦਾ ਇਹਨੇ ਮਨ ਮੋਹ ਲਿਆ। ਸੋ ਇਹਦਾ ਪਿਛੋਕੜ ਸੇਂਟ ਨਿਕੋਲਸ ਜਾਂ ਫਿਰ ਸੇਂਟ ਲੂਇਸ ਨਾਲ ਵੀ ਜੋੜਿਆ ਜਾਂਦਾ, ਜੋ ਕਿ ਬੜੇ ਪਰ ਉਪਕਾਰੀ ਬਜ਼ੁਰਗ ਮੰਨੇ ਜਾਂਦੇ ਨੇ। ਸੋ ਬੱਚਿਆਂ ਨਾਲ ਉਹ ਬਹੁਤ ਪਿਆਰ ਕਰਦੇ ਸਨ। ਸੋ ਸੈਂਟਾ ਕਲੌਜ਼ ਦੇ ਆਉਣ ਦੇ ਨਾਲ ਗਿਫਟ ਲੈਣ ਦਾ ਵੀ ਅਮਰੀਕਨ, ਡੱਚ ਅਤੇ ਇੰਗਲਿਸ਼ ਰਵਾਇਤ ਨੂੰ ਕਾਫੀ ਬੜਾਵਾ ਮਿਲਿਆ। ਸੋ ਸੈਂਟਾ ਕਲੌਜ਼ ਦੇ ਆਉਣ ਤੋਂ ਪਹਿਲਾਂ ਬੱਚਿਆਂ ਦਾ ਕ੍ਰਿਸਮਸ ਨਾਲ ਕੋਈ ਸੰਬੰਧ ਨਹੀਂ ਸੀ। ਸੋ ਇਹਦੇ ਆਉਂਦਿਆਂ ਸਾਰ ਹੀ ਇਹ ਵਪਾਰੀਆਂ ਦਾ ਮਸੀਹਾ ਬਣ ਗਿਆ। ਸੋ ਮਾਪੇ ਆਪਣੇ ਬੱਚਿਆਂ ਨੂੰ ਸੈਂਟਾ ਕਲੌਜ਼ ਦੀ ਗੋਦੀ ਵਿੱਚ ਬਿਠਾ ਕੇ ਤਸਵੀਰਾਂ ਖਿਚਾਉਂਦੇ ਹਨ। ਸਟੋਰ ਆਇਆ ਬੱਚਾ ਕੁਝ ਨਾ ਕੁਝ ਖਰੀਦਣ ਲਈ ਮਾਂ ਬਾਪ ਨੂੰ ਮਜਬੂਰ ਕਰ ਹੀ ਦਿੰਦਾ।
ਵਪਾਰੀ ਤਬਕੇ ਵੱਲੋਂ ਗਿਫਟ ਦੀ ਅਖਬਾਰਾਂ ਰਾਹੀਂ ਗਿਫਟ ਲਿਸਟ ਜਿਹੜੀ ਆ ਉਹ 18ਵੀਂ ਸਦੀ ਦੇ ਵਿੱਚ ਪ੍ਰਚਾਰ ਕਰਨੀ ਸ਼ੁਰੂ ਹੋਈ ਸੀ। ਸੋ ਜੋ ਅੱਜ ਸਿਖਰਾਂ ਦੇ ਉੱਪਰ ਹੈ। ਸੋ ਅੱਜ ਕੱਲ੍ਹ ਤਾਂ ਅਕਤੂਬਰ ਲੰਘਦਿਆਂ ਹੀ ਕ੍ਰਿਸਮਸ ਦੀ ਪੁੱਠੀ ਗਿਣਤੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਖਿਡੌਣੇ ਅਤੇ ਹੋਰ ਬਹੁਤ ਸਾਰੇ ਜਿਹੜੇ ਗਿਫਟ ਨੇ ਉਹ ਘਰਾਂ ਦੇ ਵਿੱਚ ਆਉਣ ਲੱਗਦੇ ਨੇ। ਸੋ ਇਹਨਾਂ ਵਸਤਾਂ ਦੇ ਸਟੋਰ ਦੇ ਜਿਹੜੇ ਨੇ ਉਹ ਨੱਕੋ ਨੱਕ ਭਰ ਦਿੱਤੇ ਜਾਂਦੇ ਨੇ ਅਤੇ ਸਟੋਰਾਂ ਦਾ ਹਾਰ ਸ਼ਿੰਗਾਰ ਲੁਕਾਈ ਲਈ ਖਿੱਚ ਬਣਦਾ ਹੈ। ਸੋ ਕਈ ਲੋਕ ਸਰਦਾ ਭਲਾ ਦੀ ਨੀਤੀ ਦੇ ਤਹਿਤ ਪਹਿਰਾ ਦਿੰਦੇ ਨੇ ਅਤੇ ਖਰਚਣ ਤੋਂ ਪਹਿਲਾਂ ਆਪਣੀ ਜੇਬ ਦਾ ਅੰਦਾਜ਼ਾ ਲਾ ਲੈਂਦੇ ਨੇ। ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਣੀਏ ਦੀ ਬਹੀ ਖਾਤਾ ਭਾਵ ਕਿ ਕ੍ਰੈਡਿਟ ਕਾਰਡ ਦੇ ਰੂਪ ਦੇ ਵਿੱਚ ਜਿਹੜੇ ਆਪਣੇ ਆਪ ਨਾਲ ਚੱਕੀ ਫਿਰਦੇ ਨੇ ਸੋ ਉਹਨਾਂ 'ਤੇ ਸ਼ੋਪਿੰਗ ਕਰ ਲੈਂਦੇ ਨੇ। ਬਸ ਸੌਂਦਾ ਭਲਾ ਦੇ ਲੜਨ ਲੱਗ ਕੇ ਇਹ ਇੰਨੇ ਕੁ ਵਿੱਤੋਂ ਬਾਹਰੇ ਹੋ ਜਾਂਦੇ ਨੇ ਕਿ ਬਾਅਦ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਨਵਰੀ ਆ ਉਹ ਦੜ ਵੱਟ ਕੇ ਲੰਘਾਉਣੀ ਪੈਂਦੀ ਆ। ਸੋ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਕਰਜ਼ੇ ਥੱਲਿਓਂ ਨਿਕਲਣਾ ਮੁਸ਼ਕਲ ਹੋ ਜਾਂਦਾ। ਸੋ ਜਿਹਦੇ ਪਾਸ ਕੋਈ ਗਿਫਟ ਜਾਂ ਬਾਕਸ ਖੋਲ੍ਹਣ ਨੂੰ ਨਹੀਂ ਉਹ ਉਦਾਸ ਹੋ ਜਾਂਦਾ। ਸੋ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੇ ਲਈ ਕਈ ਸੰਸਥਾਵਾਂ ਗਿਫਟ ਜੁਟਾ ਦਿੰਦੀਆਂ। ਸੋ ਹਰ ਕੋਈ ਇੱਕ ਦੂਸਰੇ ਨੂੰ ਖੁਸ਼ੀ ਦੇ ਵਿੱਚ ਸ਼ਾਮਲ ਕਰਦਾ ਅਤੇ ਦੂਸਰੇ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦਾ। ਸੋ ਮੇਲੇ ਤਿਉਹਾਰ ਖੁਸ਼ੀਆਂ ਖੇੜਿਆਂ ਦੇ ਲਈ ਹੁੰਦੇ ਨੇ, ਚਾਹੇ ਉਹ ਕਿਸੇ ਫਿਰਕੇ ਜਾਂ ਕਿਸੇ ਧਰਮ ਦੇ ਨਾਲ ਵੀ ਸੰਬੰਧਿਤ ਕਿਉਂ ਨਾ ਰੱਖਦੇ ਹੋਣ। ਪਰ ਜਦ ਇਹੋ ਜਿਹੇ ਖੁਸ਼ੀ ਦੇ ਅਵਸਰ ਨੂੰ ਵੀ ਜੰਗਬਾਜ਼ ਆਪਣੀ ਹੈਂਕੜ ਪਗਾਉਣ ਦੇ ਲਈ ਬਾਰੂਦ ਦੇ ਧੂੰਏ ਦੇ ਨਾਲ ਗੰਧਲਾ ਕਰ ਦਿੰਦੇ ਨੇ ਤਾਂ ਅਪਾਹਜ਼ਾਂ ਦੀ ਗਿਣਤੀ ਦੇ ਵਿੱਚ ਵੀ ਬੜਾ ਵਾਧਾ ਹੁੰਦਾ। ਮਾਤਮ ਦੀਆਂ ਸਫ਼ਾਂ ਵਿਛ ਜਾਂਦੀਆਂ। ਧਰਮਾਂ ਅਤੇ ਸੱਭਿਅਤਾਵਾਂ ਦੇ ਵੱਧ ਰਹੇ ਵਿਰੋਧ ਕਾਰਨ ਕ੍ਰਿਸਮਸ ਹੀ ਨਹੀਂ ਬਲਕਿ ਸੰਸਾਰ ਦਾ ਹਰ ਮੇਲਾ ਬੰਦੂਕਾਂ ਦੀ ਛਾਂ ਥੱਲੇ ਮਨਾਇਆ ਜਾਂਦਾ। ਸੋ ਮੇਲਿਆਂ ਦੀ ਖੁਸ਼ੀ ਪਵਿੱਤਰਤਾ ਨੂੰ ਸੋਗ ਦੇ ਵਿੱਚ ਬਦਲਣ ਤੋਂ ਬਚਾਉਣ ਲਈ ਸ਼ਾਇਦ ਹੀ ਅੱਗੇ ਜਾ ਕੇ ਕੋਈ ਅਜਿਹਾ ਮੋੜ ਆਵੇ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਫੋਨ ਕਰਕੇ ਜ਼ਰੂਰ ਦੱਸਣਾ। ਸੋ ਹੁਣ ਤੁਹਾਨੂੰ ਜਸਪਾਲ ਭੱਟੀ ਹੋਰਾਂ ਦੇ ਕੋਲ ਲੈ ਚੱਲਦੇ ਹਾਂ। ਜਸਪਾਲ ਭੱਟੀ ਹੋਰੀ ਜਿਹੜੇ ਕਿ ਕਿਉਂਕਿ ਅੱਜ ਕੱਲ੍ਹ ਪਾਰਟੀਆਂ ਦਾ ਮੌਸਮ ਹੈ, ਬੜਾ ਕੁਝ ਖਾਣ ਨੂੰ ਮਿਲਣਾ। ਸੋ ਆਟੇ ਵਾਲੇ ਬਿਸਕੁਟ ਜਿਹੜੇ ਉਹ ਚਾਹ 'ਚ ਡਬੋ ਕੇ ਕਿੱਦਾਂ ਖਾਣੇ ਆ ਉਹ ਆਪਾਂ ਸਿੱਖਦੇ ਹਾਂ ਜੀ ਜਸਪਾਲ ਭੱਟੀ ਹੋਰਾਂ ਤੋਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਟੇ ਵਾਲੇ ਬਿਸਕਿਟ ਚਾਹ 'ਚ ਡਬੋ ਕੇ ਕਿਵੇਂ ਖਾਈਦੇ ਨੇ। ਦੇਖੋ ਵੱਖਰੇ ਵੱਖਰੇ ਮੁਲਕਾਂ 'ਚ ਵੱਖਰੇ ਵੱਖਰੇ ਖਾਣੇ ਖਾਣ ਦਾ ਜਾਂ ਡਰਿੰਕ ਲੈਣ ਦਾ ਅਲੱਗ ਅਲੱਗ ਤਰੀਕਾ ਹੁੰਦਾ। ਜਿਵੇਂ ਕੌਂਟੀਨੈਂਟਲ ਖਾਣ ਦਾ ਅਲੱਗ ਤਰੀਕਾ ਹੈ, ਚਾਈਨੀਜ਼ ਖਾਣ ਦਾ ਅਲੱਗ ਤਰੀਕਾ ਹੈ, ਇਟਾਲੀਅਨ ਖਾਣ ਦਾ ਅਲੱਗ ਤਰੀਕਾ ਹੈ। ਆਟੇ ਵਾਲੇ ਬਿਸਕਿਟ ਖਾਣ ਵਾਸਤੇ ਤੁਹਾਡੇ ਸਾਹਮਣੇ ਚਾਹ ਦਾ ਕੱਪ ਪਿਆ ਹੋਣਾ ਬਹੁਤ ਜ਼ਰੂਰੀ ਹੈ। ਸੱਜੇ ਹੱਥ ਦੇ ਵਿੱਚ ਤੁਸੀਂ ਬਿਸਕਿਟ ਫੜ ਲਓ ਔਰ ਜਿਹੜਾ ਇਹ ਬਿਸਕਿਟ ਹੈ, ਸਭ ਨਾਲ ਪਹਿਲਾਂ ਇਹਦੀਆਂ ਜਿਹੜੀਆਂ ਧਾਰੀਆਂ ਜਿਹੜੀਆਂ ਉੱਤੇ ਲਾਈਨਾਂ ਵਗੀਆਂ ਹੋਈਆਂ ਇਹ ਦੇਖੋ ਕਿੰਨੀਆਂ ਟੇਢੀਆਂ ਜਾਂ ਕਿੰਨੀਆਂ ਸਿੱਧੀਆਂ ਨੇ। ਇਹਨੂੰ ਇੰਜੋਏ ਕਰੋ। ਇਹਦੇ ਵਿੱਚ ਅਗਰ ਕੋਈ ਕੀੜਾ ਕਾਢਾ ਜਾਂ ਮੱਖੀ ਫਸੀ ਹੈ ਫੂਕ ਮਾਰ ਕੇ ਉਡਾ ਦਿਓ। ਲਓ ਜੀ ਖੱਬੇ ਹੱਥ ਦੇ ਵਿੱਚ ਤੁਹਾਡੇ ਚਾਹ ਦਾ ਕੱਪ ਹੈ, ਸੱਜੇ ਹੱਥ ਦੇ ਵਿੱਚ ਤੁਹਾਡਾ ਬਿਸਕਿਟ ਹੈ ਔਰ ਤੁਸੀਂ ਹੁਣ ਆਪਣਾ ਮੂੰਹ ਗੋਲ ਕਰਨਾ ਹੈ, ਗੋਲ ਕਰਕੇ ਇਹਦੇ ਵਿੱਚ ਫੂਕ ਮਾਰ ਦੇਣੀ ਹੋ। ਯਾਦ ਰਹੇ ਚਾਹ ਦੇ ਵਿੱਚ ਫੂਕ ਮਾਰਨੀ ਹੈ, ਸੀਟੀ ਨਹੀਂ ਮਾਰਨੀ, ਨਹੀਂ ਤਾਂ ਸਾਹਮਣੇ ਟੇਬਲ ਤੇ ਬੰਦਾ ਬੈਠਾ ਗਲਤ ਮਤਲਬ ਵੀ ਕੱਢ ਸਕਦਾ ਹੈ। ਹੁਣ ਤੁਸੀਂ ਬਿਸਕਿਟ ਦਾ 1/3 ਹਿੱਸਾ ਯਾਨੀ ਕਿ 1/3 ਹਿੱਸਾ ਚਾਹ ਦੇ ਵਿੱਚ ਡਬੋਣਾ, ਇਹਦੀ ਜਿਹੜੀ ਮਲਾਈ ਹੈ ਉਹਦੇ ਨਾਲ ਲਵੇਟ ਲੈਣਾ ਔਰ ਉਹਦਾ ਗਿੱਲਾ ਹਿੱਸਾ ਉਹਨੂੰ ਤੁਸੀਂ ਮੂੰਹ 'ਚ ਪਾ ਕੇ ਮੂੰਹ 'ਚ ਹਿਲਾਉਣਾ, ਇਹਦਾ ਸਵਾਦ ਲੈਣਾ ਵੀ ਜਿਹਨਾਂ ਦੇ ਦੰਦ ਹੈ ਉਹਨਾਂ ਨੂੰ ਵੀ ਓਨਾ ਹੀ ਸਵਾਦ ਆਏਗਾ, ਜਿਹਨਾਂ ਦੇ ਦੰਦ ਨਹੀਂ ਹੈ ਉਹਨਾਂ ਨੂੰ ਵੀ ਓਨਾ ਹੀ ਸਵਾਦ ਆਏਗਾ। ਮੈਂ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾਉਂਦਾ। ਆਹ ਦੇਖੋ ਇਹ ਬਿਸਕਿਟ ਹੈ, ਆਹ ਵਿੱਚ ਡਬੋ ਰਹੇ ਹਾਂ। ਕੋਈ ਗੱਲ ਨਹੀਂ, ਅਗਰ ਇਹ ਬਿਸਕਿਟ ਵਿੱਚ ਵੀ ਡਿੱਗ ਜਾਂਦਾ ਇਹ ਤੁਹਾਨੂੰ ਹੋਰ ਵੀ ਜ਼ਿਆਦਾ ਸਵਾਦ ਆਏਗਾ।
ਇਹਨੂੰ ਕੱਢਣ ਦਾ ਵੀ ਇੱਕ ਤਰੀਕਾ ਹੈ। ਇਹ ਤੁਹਾਡੀਆਂ ਦੋ ਉਂਗਲਾਂ, ਇਹਨਾਂ ਨੂੰ ਤੁਸੀਂ ਪਰਪੈਂਡੀਕੁਲਰਲੀ 90 ਡਿਗਰੀ ਥੱਲੇ ਕਰੋ ਔਰ ਇਹਨਾਂ ਨੂੰ ਚਾਹ ਦੇ ਵਿੱਚ ਡੁਬੋ ਕੇ ਇਸ ਤਰ੍ਹਾਂ ਟੇਢਾ ਕਰਕੇ ਜਿੰਨਾ ਵੀ ਮਾਲ ਮੱਤਾ ਕੱਢ ਕੇ ਪ੍ਰੈਕਟੀਕਲੀ ਦਿਖਾਉਣਾ ਮੈਂ। ਆਹ ਦੇਖੋ ਤੁਸੀਂ ਆਹ ਉਂਗਲੀਆਂ ਆਹ ਵਿੱਚ, ਕੋਈ ਗੱਲ ਨਹੀਂ ਅਗਰ ਚਾਹ ਗਰਮ ਵੀ ਹੈ ਤੇ ਤੁਸੀਂ ਇਹਨੂੰ ਤੁਸੀਂ ਇਹਦੇ ਉੱਤੇ ਬਰਫ਼ ਦਾ ਪੈਕ ਲਗਾ ਸਕਦੇ ਹੋ, ਲੇਕਿਨ ਜਿਹੜੀ ਵੀ ਚੀਜ਼ ਖਾਣੀ ਹੈ ਉਹਦਾ ਇੱਕ ਤੁਸੀਂ ਆਪਣਾ ਪ੍ਰੋਪਰ ਸਵਾਦ ਲੈਣਾ ਹੈ, ਕਿਉਂਕਿ ਹਰ ਫੂਡ ਖਾਣ ਦਾ ਅਲੱਗ ਹੀ ਮਜ਼ਾ ਹੈ, ਇੱਕ ਸਟਾਈਲ ਹੁੰਦਾ ਹੈ। ਦੋਸਤੋ ਅੱਜ ਤੁਹਾਨੂੰ ਦੱਸਿਆ ਸੀਗਾ ਕਿ ਆਟੇ ਵਾਲਾ ਬਿਸਕਿਟ ਚਾਹ 'ਚ ਡੁਬੋ ਕੇ ਕਿਵੇਂ ਖਾਣਾ, ਕੱਲ ਤੁਹਾਨੂੰ ਦੱਸਾਂਗੇ ਕਿ ਫਾਂਟੇਦਾਰ ਪਜਾਮਾ ਕਿੱਦਾਂ ਪਾਣਾ। ਰੱਬ ਨਾ ਕਰੇ ਕਿ ਤੁਹਾਡਾ ਐਕਸੀਡੈਂਟ ਹੋ ਜਾਵੇ ਜਾਂ ਫਿਰ ਤੁਸੀਂ ਤਿਲਕ ਕੇ ਡਿੱਗ ਪਿਓ ਜਾਂ ਫਿਰ ਹੋਰ ਕਿਸੇ ਢੰਗ ਨਾਲ ਸੱਟ ਫੇਟ ਲੱਗ ਗਈ ਹੈ। ਘਰ ਦੀਆਂ ਕਿਸ਼ਤਾਂ ਕਈ ਵਾਰੀ ਤੋਰਨੀਆਂ ਔਖੀਆਂ ਲੱਗਦੀਆਂ ਹਨ। ਇੰਸ਼ੋਰੈਂਸ ਤੋਂ ਵੱਧ ਪੈਸੇ ਲੈਣ ਲਈ ਬੌਬੀ ਟੁੱਟ ਨਾਲ ਸੰਪਰਕ ਕਰੋ 905-677-7246। ਆਪਣੇ ਟਰੱਕ ਦਾ ਤੇਲ ਚੇਂਜ ਕਰਵਾਉਣ ਲਈ ਐਲਏ ਟਰੱਕ ਲਿਊਬ ਐਂਡ ਵਾਸ਼ ਤੇ ਪਹੁੰਚੋ। ਦੋ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ ਨੇ, 71 ਸਟੈਫਰ ਰੋਡ ਬ੍ਰੈਂਪਟਨ ਦੇ ਵਿੱਚ ਜਾਂ ਫਿਰ 131 ਦਾ ਵੈਸਟ ਮਾਲ ਇਟੋਬੀਕੋ ਦੇ ਵਿੱਚ। ਤੁਹਾਡੇ ਟਰੱਕ ਨੂੰ ਤੇਲ ਚੇਂਜ ਕਰਕੇ ਤੇ ਧੋ ਕੇ ਬਿਲਕੁਲ ਲਿਸ਼ਕਾ ਦਿੱਤਾ ਜਾਵੇਗਾ। ਫੋਨ ਕਰੋ 905-451-9962। ਐਲਏ ਟਰੱਕ ਟੈਂਡਰ ਆਪਟੀਕਲ ਯੂਨੀਕ ਵਿਜ਼ਨ ਮਾਡਰਨ ਸਟਾਈਲ ਐਂਡ ਐਲੀਗੈਂਸ Featuring the most celebrated high-profile brands and the latest fashion eyewear. Available at any of our metropolitan locations. Get noticed with Kanda Optical. Kanda Optical, the name you can trust. Haan ji dosto, main maapiyan nu gujarish karni chahanga ki is saal Christmas de ਔਰ ਨਵੇਂ ਸਾਲ ਦੇ ਉੱਪਰ ਜੋ ਗਿਫਟ ਲੈ ਕੇ ਦੇਣਾ ਹੈ ਆਪਣੇ ਬੱਚਿਆਂ ਨੂੰ, ਜਿਹੜੇ ਵੀ ਮਾਪਿਆਂ ਦੇ ਬੱਚੇ 4 ਤੋਂ 12 ਸਾਲ ਦੀ ਉਮਰ ਦੇ ਹਨ, ਪੰਜਾਬੀ ਰੀਲੋਡਡ ਦੀ ਸੀ ਡੀ ਲੈ ਕੇ ਦਿਓ। ਆਓ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ। ਇਸ ਸੀ ਡੀ ਦੇ ਜ਼ਰੀਏ ਬੱਚੇ ਆਸਾਨੀ ਨਾਲ ਗੇਮ ਹੀ ਗੇਮ ਦੇ ਵਿੱਚ ਪੰਜਾਬੀ ਸਿੱਖ ਜਾਣਗੇ ਔਰ ਲਗਾ ਮਾਤਰਾ ਸਿੱਖ ਜਾਣਗੇ। ਇਹ ਜੋ ਸੀ ਡੀ ਹੈ ਸਾਰੇ ਪ੍ਰਮੁੱਖ ਵੀਡੀਓ ਸਟੋਰਾਂ ਗਰੋਸਰੀ ਸਟੋਰਾਂ ਉੱਪਰ ਉਪਲਬਧ ਹੈ। ਆਪ ਸਭ ਨੂੰ ਨਵਾਂ ਸਾਲ ਮੁਬਾਰਕ। ਕੀ ਤੁਹਾਡੇ ਸਿਰ ਤੇ ਪਰਸਨਲ ਜਾਂ ਬਿਜ਼ਨਸ ਕਰਜ਼ੇ ਚੜੇ ਹੋਏ ਹਨ? ਤਾਂ ਘਬਰਾਓ ਨਹੀਂ, ਬਿਜ਼ਨਸ ਸੋਲੂਸ਼ਨਸ ਤੇ ਕ੍ਰੈਡਿਟ ਕਾਉਂਸਲਿੰਗ ਨੇ ਤੁਹਾਡੇ ਵਰਗੇ ਹਜ਼ਾਰਾਂ ਫਿਕਰਮੰਦ ਲੋਕਾਂ ਦੀ ਮਦਦ ਕੀਤੀ ਹੈ। ਸਾਡੀ ਸਹੀ ਸਲਾਹ ਨਾਲ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਡਾ ਵੱਧ ਤੋਂ ਵੱਧ ਕਰਜ਼ਾ ਮਾਫ ਕਰਾ ਕੇ ਬਾਕੀ ਰਹਿੰਦੀ ਰਕਮ ਨੂੰ ਛੋਟੀਆਂ ਛੋਟੀਆਂ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲਦਾ। ਟੋਰਾਂਟੋ, ਕੈਲਗਰੀ ਤੇ ਵੈਨਕੂਵਰ 1-866-790-8984। ਬਿਜ਼ਨਸ ਸੋਲੂਸ਼ਨਸ, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸਟੀਵਨ ਫਰਨੀਚਰ ਦੀ ਦੋਨੋਂ ਲੋਕੇਸ਼ਨਾਂ ਤੇ ਚੱਲ ਰਹੀ ਹੈ ਪ੍ਰੀ ਬਾਕਸਿੰਗ ਧਮਾਕਾ ਸੇਲ, ਜਿਸ ਦੇ ਵਿੱਚ ਹਾਈ ਐਂਡ ਬ੍ਰਾਂਡ ਨੇਮ ਆਈਕੋ, ਐਸ਼ਲੀ ਹੋਮ ਐਲੀਗੈਂਸ ਦਾ ਫਰਨੀਚਰ, ਬੈੱਡ ਖਰੀਦਣ ਦੇ ਨਾਲ ਫ੍ਰੀ ਮੈਟਰਸ, ਸੋਫਾ ਸੈੱਟ ਖਰੀਦਣ ਦੇ ਨਾਲ ਫ੍ਰੀ ਕਾਫੀ ਟੇਬਲ, ਡਾਇਨਿੰਗ ਸੈੱਟ ਖਰੀਦਣ ਦੇ ਨਾਲ ਫ੍ਰੀ ਰੈਕ, 2011 ਫਲੋਰ ਮਾਡਲ ਅਪ ਟੂ 80% ਆਫ। ਪ੍ਰੀ ਬਾਕਸਿੰਗ ਡੇ ਸੇਲ ਦੇ ਵਿੱਚ ਸਟੀਵਨ ਫਰਨੀਚਰ ਦੀ ਦੋਨੋਂ ਲੋਕੇਸ਼ਨਾਂ ਤੇ ਚੱਕਰ ਲਗਾਓ, ਕੁਆਲਿਟੀ ਸਰਵਿਸ ਅਤੇ ਘੱਟ ਤੋਂ ਘੱਟ ਕੀਮਤਾਂ ਦਾ ਫਾਇਦਾ ਉਠਾਓ। ਹੈਪੀ ਹਾਲੀਡੇਜ਼। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗ ਰਿਹਾ ਹੋਵੇਗਾ। ਸੋ ਇੱਕ ਗੀਤ ਦੇ ਨਾਲ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਾਂਗੇ। ਬਲਜੀਤ ਮਾਲਵਾ ਜਿਹੜਾ ਕਿ ਸੁਥਰੇ ਗੀਤ ਗਾਉਣ ਦੇ ਵਿੱਚ ਬੜਾ ਮਸ਼ਹੂਰ ਕਲਾਕਾਰ ਸਾਬਤ ਹੋਇਆ, ਸੋ ਇੱਕ ਬਹੁਤ ਹੀ ਖੂਬਸੂਰਤ ਗੀਤ ਸਾਡੇ ਦਰਸ਼ਕਾਂ ਦੀ ਫਰਮਾਇਸ਼ 'ਤੇ ਬਲਜੀਤ ਮਾਲਵਾ ਹੋਰਾਂ ਦੀ ਆਵਾਜ਼ ਦੇ ਵਿੱਚ ਪੇਸ਼ ਹੈ ਜੀ, ਕੁਝ ਇਸ ਅੰਦਾਜ਼ ਵਿੱਚ। Kick!
ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੁਹਾਨੂੰ ਕਿੱਦਾਂ ਦਾ ਲੱਗਾ ਫੋਨ ਕਰਕੇ ਜ਼ਰੂਰ ਦੱਸਿਓ। ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ। ਅਗਲੇ ਹਫ਼ਤੇ ਫਿਰ ਵਧੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ। ਦੇਸੀ ਘਿਓ ਦੀ ਪਿਓਰ ਪੰਜੀਰੀ ਜਾਟੀਆਂ ਭਰੀਆਂ।